ਇਹ ਪਰਸੋਂ ਮੈਨੂੰ ਮੋਬਾਈਲ ਤੋਂ ਪਤਾ ਲੱਗ ਗਿਆ ਸੀ। ਪਹਿਲਾਂ ਫੋਨ ਕਰਿਆ ਸੀ ਉਹਨੇ 13 ਤਰੀਕ ਨੂੰ, ਉਦੋਂ ਉਹ ਕਹਿੰਦਾ ਸੀ ਦਿੱਲੀ ਜਾਣਾ। ਪਰਸੋਂ ਮੈਨੂੰ ਫੋਨ ਤੋਂ ਪਤਾ ਲੱਗ ਗਿਆ, ਸ਼ਾਮ ਨੂੰ ਮੈਂ ਰੋਈ ਬਿਲਕੀ ਮੇਰੇ ਟੀਕੇ ਲਵਾ ਕੇ ਪਾਤਾ ਜੀ। ਕੱਲ ਮੇਰੇ ਘਰ ਦੇ ਗਏ ਮੈਨੂੰ ਲਿਆਏ, ਕੱਲ ਘਰੇ ਆ ਕੇ ਮੈਂ ਫੋਨ ਲਾਇਆ, ਜਦੋਂ ਮੈਂ ਪੜਿਆ ਵੀ ਮੈਨੂੰ ਤੁਸੀਂ ਮਰੀ ਨਾ ਲਿਖਾਓ ਮੈਂ ਜਿਉਂਦੀ ਆ, ਉਹਨਾਂ ਨੇ ਵਾਪਸ ਮੈਨੂੰ ਜਵਾਬ ਦਿੱਤਾ ਵੀ ਤੈਨੂੰ ਅਸੀਂ ਮਰੀ ਲਿਖਾਵਾਂਗੇ। ਇਹ ਜਵਾਬ ਕਿਹਨੇ ਦਿੱਤਾ ਗਿਆ, ਕਿਹਦੇ ਵੱਲੋਂ ਕਹੀ ਗਈ? ਇਹ ਚਾਚੀ ਕਿਨੂੰ। ਅੱਛਾ ਜੀ, ਹਾਂ। ਤੇ ਉਸ ਤੋਂ ਬਾਅਦ ਹੁਣ ਜਿਹੜੀ ਸਾਰੀ ਗੱਲ ਉਹ ਪਤਾ ਲੱਗਣ ਤੋਂ ਬਾਅਦ ਤੁਸੀਂ ਉਰੇ ਪਹੁੰਚ ਕੀਤੀ ਹੈ, ਕਿਸ ਕਾਰਨ ਆਏ ਉਰੇ? ਇਹ ਤਾਂ ਸੀ ਆਪ ਫਿਰ ਮੂੰਹ ਵੇਖਣ ਆਏ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਪਟਿਆਲੇ ਹਸਪੀਟਲ 'ਚ ਰੱਖਿਆ ਸੀ। ਤੁਸੀਂ ਨਹੀਂ ਬੋਲਿਆ? ਬਾਕੀ ਸਿਰੇ ਮੈਂ ਮੀਡੀਅਮ ਦੇ ਸਾਹਮਣੇ ਆਉਣਾ ਚਾਹੁੰਦੀ ਸੀ ਵੀ ਮਾਂ ਉਹਦੀ ਜਿਉਂਦੀ ਹੈ ਮਰੀ ਨਹੀਂ। ਇਹ ਕਾਰਨ ਕੀ ਰਿਹਾ ਵੀ ਤੁਹਾਨੂੰ ਮਰੀ ਦੱਸ ਰਹੇ ਨੇ, ਵਿਚਲਾ ਕਾਰਨ ਕੀ ਹੈ ਸੀ? ਇਹ ਵਿਚਲਾ ਕਾਰਨ ਵੀਰ ਜੀ ਵੀ ਮੇਰਾ ਕਲੇਸ਼ ਰਹੇ ਇੱਥੇ ਸੀਗਾ, ਇਹ ਦਾਰੂ ਬੁੱਟੀ ਪੀਂਦੇ ਸੀ, ਮੈਨੂੰ ਕੁੱਟਦੇ ਮਾਰਦੇ ਸੀ, ਉਦੋਂ ਬਾਅਦ ਮੇਰੇ ਮਾਤਾ ਜੀ ਮੈਨੂੰ ਲੈ ਗਏ, ਉਦੋਂ ਬਾਅਦ ਮੈਂ 4 ਸਾਲ ਬੈਠੀ ਰਹੀ, ਇਹਨਾਂ ਨੇ ਮੇਰੀ ਸੁਣਵਾਈ ਨਾ ਕਰੀ ਤੇ ਮੈਂ ਬਠਿੰਡੇ ਵੋਮੈਨ ਵਿੱਚ ਕੇਸ ਲਾਤਾ। ਕੇਸ ਲਾਏ ਤੋਂ ਬਾਅਦ ਤਰੀਕਾ ਤੇ ਜਾਣੋ ਹਟ ਗਏ, ਮੇਰਾ ਇੱਕ ਤਰਫਾ ਹੋ ਕੇ ਕੇਸ ਟੁੱਟਾ ਵੀ ਮੇਰੇ ਹੱਕ 'ਚ ਬੋਲ ਪਿਆ। ਮੁੜ ਕੇ ਉਸ ਜੱਜ ਨੇ ਕਹਿਤਾ ਵੀ ਤੂੰ ਜਿੱਥੇ ਮਰਜ਼ੀ ਵਿਆਹ ਕਰਾ ਸਕਦੀ ਹੈ, ਇਹ ਮੈਨੂੰ ਘਰੇ ਰੱਖ ਨਹੀਂ ਸਕਦੀ। ਇਹ 12-13 ਸਾਲ ਦੀ ਗੱਲ ਹੈ ਵੀ। ਮਤਲਬ 12-13 ਸਾਲ ਤੋਂ ਸ਼ੁਭਕਰਨਦੀਪ ਸਿੰਘ ਤੁਹਾਡੇ ਨਾਲ ਨਹੀਂ ਰਹਿੰਦਾ? ਨਹੀਂ ਰਹਿੰਦਾ ਸੀ, ਫੋਨ ਤੇ ਗੱਲ ਹੁੰਦੀ ਸੀ, ਨਾਲ ਨਹੀਂ ਸੀ ਰਹਿੰਦਾ। ਅੱਛਾ, ਤੇ ਹੁਣ ਜਦੋਂ ਕਿੰਨਾ ਮਾ ਉਹਦੀ ਮੌਤ ਹੋ ਚੁੱਕੀ ਹੈ, ਕੀ ਸਮਝਦੇ ਕਿ ਉਹ ਜਿੱਥੇ ਬੰਦਿਆਂ ਵੱਲੋਂ ਫੈਸਲਾ ਲਿਆ ਜਾ ਰਿਹਾ ਹੈ ਉਦੋਂ ਤੱਕ ਜਿਹੜਾ ਕਿ ਉਹਨੂੰ ਆਪਾਂ ਸ਼ਹੀਦ ਕਰਾਰ ਦਵਾਂਗੇ ਉਦੋਂ ਤੱਕ ਉਹਦਾ ਪੋਸਟਮਾਰਟਮ ਨਹੀਂ ਕੀਤਾ ਜਾਏਗਾ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ? ਨਹੀਂ ਵੀਰੇ, ਮੈਂ ਕਿਸੇ ਜਸੇਬੰਦੀ ਨਾਲ ਹੈ ਨਹੀਂ ਗੀ ਵੀ, ਜਦੋਂ ਪਹਿਲਾਂ ਹੀ ਜਸੇਬੰਦੀ ਨੇ ਪਹਿਲਾਂ ਹੀ ਮੈਨੂੰ ਮਾਰਤਾ, ਹੁਣ ਮੈਂ ਕਿਹਦੇ ਨਾਲ ਖੜਨਾ? ਪਹਿਲਾਂ ਕਿਸੇ ਨੇ ਪੁੱਛਿਆ ਹੀ ਨਹੀਂ ਮਾਂ ਜਿਉਂਦੀ ਹੈ। ਤੇ ਹੁਣ ਜਦੋਂ ਕਹਿੰਦੇ ਵੀ ਅਸੀਂ ਉਦੋਂ ਤੱਕ ਸੰਸਕਾਰ ਨਹੀਂ ਕਰਨ ਦਵਾਂਗੇ, ਕੀ ਮੰਗ ਕੀ ਤੁਹਾਡੀ? ਮੇਰੀ ਕੋਈ ਮੰਗ ਨਹੀਂ ਵੀਰੇ, ਮੈਨੂੰ ਆਇਆ ਵੀ ਚੱਲ ਇਹਦੀ ਮਿੱਟੀ ਵਿਚਾਰੇ ਦੀ ਉਹ ਹੋ ਜੇ ਤੇ ਆਪਦਾ ਬਸ ਉਹ। ਨਹੀਂ ਮਿੱਟੀ ਹੋ ਜਾਏ ਜਾਂ ਇਕੱਲਾ ਚਿਹਰਾ ਹੀ ਦੇਖਣਾ ਪੁੱਤਰ? ਨਹੀਂ ਵੀਰੇ, ਮਿੱਟੀ ਵੀ ਹੋਵੇ ਵਿਚਾਰੇ ਦੀ, ਕਾਹ ਤੋਂ ਐਵੇਂ ਰੋਲੀ ਜਾਂਦੇ ਆ। ਤੇ ਜਿਹੜੀਆਂ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਉਹ ਠੀਕ ਲੱਗਦਾ ਤੁਹਾਨੂੰ? ਨਹੀਂ ਵੀਰੇ, ਆਪਾਂ ਨੂੰ ਕਿਸੇ ਦਾ ਕੋਈ ਪਤਾ ਨਹੀਂ, ਨਾ ਮੈਂ ਕਿਸੇ ਜਥੇਬੰਦੀ 'ਚ ਹੈਗੀ ਆ। ਜਥੇਬੰਦੀ ਤਾਂ ਕਹਿ ਰਹੀ ਆ ਕਿ ਸੰਸਕਾਰ ਉਦੋਂ ਤੱਕ ਨਹੀਂ ਕਰਾਂਗੇ ਖੇਡ ਇਕੱਠਾ ਕਰਦੇ ਆ। ਸਾਰੇ ਪਿੰਡ 'ਚ ਪਤਾ ਵੀਰੇ ਵੀ ਜੇ ਮੈਂ ਜਿਉਂਦੀ ਆ ਮੈਂ ਮਰੀ ਨੀ, ਜੇ ਮੈਂ ਮਰੀ ਹੋਵਾਂ ਤਾਂ ਸਾਰੇ ਪਿੰਡ 'ਚ ਪਤਾ ਹੋਵੇ ਮਰੀ ਆ, ਮੈਂ ਜਿਉਂਦੀ ਖੜੀ ਆ, ਖੁਦ ਆ ਗਈ ਆ, ਮੈਂ ਆਪ ਜਿਉਂਦੀ ਕਰਕੇ ਆਈ। ਤੁਸੀਂ ਕਹਿੰਦੇ ਹੋ ਕਿ ਸਿਰਫ ਇੱਕ ਮਾਂ ਦਾ ਦਰਦ ਆ? ਹਾਂ ਵੀਰੇ, ਹਾਂ ਵੀਰੇ, ਸਿਰਫ ਇਹ ਚਾਹੁੰਦੇ ਹੋ ਵੀ ਉਹਦੀ ਮਿੱਟੀ ਨਾ ਖਰਾਬ ਹੋਵੇ? ਹਾਂ, ਮਿੱਟੀ ਨਾ ਖਰਾਬ ਹੋਵੇ ਵੀਰੇ, ਬਸ ਮੇਰੇ ਪੁੱਤ ਦਾ ਜਲਦੀ ਤੋਂ ਜਲਦੀ ਸੰਸਕਾਰ ਹੋ ਜਿਹੜੀ ਪਰਿਵਾਰ ਨੂੰ ਮਦਦ ਤੁਸੀਂ ਕਰ ਰਹੇ ਹੋ ਉਹਦੇ ਬਾਰੇ ਕੀ ਕਹੋਗੇ? ਨਹੀਂ ਵੀਰੇ, ਦੇਖਿਆ ਨਹੀਂ ਹਜੇ। ਤੁਸੀਂ ਮਦਦ, ਹਾਂ ਵੀਰੇ, ਤੁਹਾਨੂੰ ਜਿਹੜੀ ਮਦਦ ਦਾ ਐਲਾਨ ਕਰ ਰਹੀ ਹੈ ਸਰਕਾਰ, ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਮਿਲਣੀ ਉਹ ਬਸ ਵੀਰੇ, ਠੀਕ ਹੈ, ਮੇਰੀ ਗੁੜੀਆ ਨੂੰ ਸਰਕਾਰੀ ਨੌਕਰੀ ਮਿਲ ਜੇ ਜਿਹੜੀ ਸਰਕਾਰ ਨੇ ਮਦਦ ਕਰਤੀ ਵਧੀਆ। ਤੇ ਜਿਹੜੀ ਹੁਣ ਕੈਸ਼ ਨਗਦ ਮਦਦ ਜਿਹੜੀ ਕਰ ਰਹੇ ਹੋ, ਨਗਦ ਮਦਦ ਹੁਣ ਕਿਹਦੇ ਵੱਲ ਜਾਏਗੀ? ਕਿ ਮਾਂ ਵੱਲ ਜਾਏਗੀ ਜਾਂ ਉਹਦੇ ਹੋਰ ਰਿਸ਼ਤੇਦਾਰਾਂ ਨੂੰ ਲੈਣਗੇ? ਉਹ ਜਿਵੇਂ ਸਰਕਾਰ ਦੀ ਮਰਜ਼ੀ। ਸ਼ੁਭਕਰਨ ਨਾਲ ਤੁਹਾਡੀ ਗੱਲਬਾਤ ਹੁੰਦੀ ਸੀ? ਹਾਂ ਵੀਰੇ, ਹੁੰਦੀ ਰਹਿੰਦੀ ਸੀ, ਹੁੰਦੀ ਰਹਿੰਦੀ ਸੀ। ਤੁਸੀਂ ਦਾਵਾ ਕਰਦੇ ਹੋ ਉਹਦੀ ਮਾਂ ਦੇ ਹੋਣ ਦਾ ਦਾਵਾ ਕਰਦੇ ਹੋ ਨਾ, ਜਿਹੜੇ ਨਗਦ ਦੇ ਪੈਸੇ ਤੁਹਾਨੂੰ ਮਿਲਣ ਆਉਂਦਾ ਸੀ? ਸ਼ੁਭਕਰਨ, ਹਾਂ ਵੀਰੇ, ਆ ਜਾਂਦਾ ਸੀ, ਨਾਨਕੀ ਆਉਂਦਾ ਹੁੰਦਾ ਸੀ ਵੀਰੇ। ਹਾਂਜੀ, ਤੁਹਾਡਾ ਨਾਮ ਕੀ ਹੈ? ਤੁਸੀਂ ਵੀਰਪਾਲ ਕੌਰ। ਵੀਰਪਾਲ ਜੀ, ਹੁਣ ਮੇਰੀ ਨਗਦ ਮਿਲੇਗੀ ਉਹਦੇ ਕੋਲ, ਉਹਦਾ ਕੌਣ ਹੋਏਗਾ? ਜੀ ਤੁਸੀਂ ਮੁਆਵਜ਼ੇ ਦੀ ਗੱਲ ਕਰ ਰਹੇ ਹੋਗੇ, ਇਹ ਵੀ ਜਥੇਬੰਦੀਆਂ ਦੇ ਸੰਘਰਸ਼ ਕਰਨੀ ਮਿਲੇਗਾ ਜਿਹੜੀ ਪਰਿਵਾਰ ਨੂੰ ਤੁਸੀਂ ਨਕਾਰ ਰਹੇ ਹੋਗੇ ਵੀ ਜਥੇਬੰਦੀ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ? ਵੀ ਰੋਲ ਨਹੀਂ ਹੈਗਾ ਜਥੇਬੰਦੀਆਂ ਦਾ? ਦੋ ਪਾਸੇ ਦੀ ਗੇਮ ਖੇਡ ਰਹੇ ਹੋਗੇ? ਨਾ ਵੀਰੇ, ਮੈਂ ਕਿਸੇ ਕਿਨ ਗੇਮ ਜੇਤਾ, ਮੈਂ ਕਿਸੇ ਗੇਮ ਚ ਆਈ ਹੋਵਾਂ ਫਿਰ ਤਾਂ ਮੈਂ ਗੇਮ ਖੇਡਾਂ? ਮੈਂ ਤਾਂ ਸਿਰਫ ਆਪਦੇ ਪੁੱਤ ਦੀ ਮਾਰੀ ਹੈ। ਮਤਲਬ ਤੁਹਾਨੂੰ ਮੁਆਵਜ਼ੇ ਦੀ ਵੀ ਗੱਲ ਕਹਿ ਰਹੇ ਹੋ ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋਗੇ ਕਿ ਇੱਥੇ ਅਸੀਂ ਜਥੇਬੰਦੀਆਂ ਨਾਲ ਸਾਡਾ ਕੋਈ ਤਾਲੁਕ ਨਹੀਂ? ਵੀਰੇ, ਮੇਰਾ ਕਿਸੇ ਨਾਲ ਕੋਈ ਤਾਲੁਕ ਨਹੀਂ, ਮੇਰਾ ਇਹਨਾਂ ਦੇ ਮੈਂਬਰਾਂ ਨਾਲ ਹੀ ਹੈ ਨਹੀਂ, ਘਰਦਿਆਂ ਨਾਲ ਤੇ ਜਥੇਬੰਦੀਆਂ ਨਾਲ ਤਾਂ ਮੈਂ ਕਰਨਾ ਨਹੀਂ। ਤੁਹਾਡੀ ਤੁਹਾਡੀ ਨਿੱਜੀ ਕੋਈ ਮੰਗ ਨਹੀਂ ਵੀ ਕੁਝ ਮਿਲੇ ਜਾਂ ਨਾ ਮਿਲੇ? ਮੇਰੀ ਕੋਈ ਮੰਗ ਨਹੀਂ, ਬਸ ਮੈਨੂੰ ਮੇਰੇ ਪੁੱਤ ਨੂੰ ਚਾਹੀਦਾ।